ਨੰਬਰ PS ਪੁਲਿਸ ਸਟੇਸ਼ਨ ਮੋਹਾਲੀ ਦੇ ਵਿੱਚ, ਜਿਹਦੇ ਵਿੱਚ ਅਸੀਂ ਇੱਕ ਵਿਅਕਤੀ ਰਵਿੰਦਰ ਸਿੰਘ ਏਲੀਅਸ ਨਿੱਕਾ ਨੂੰ ਗ੍ਰਿਫਤਾਰ ਕੀਤਾ ਸ਼ਿਮਲਾਪੁਰੀ ਲੁਧਿਆਣਾ ਦੇ ਏਰੀਏ 'ਚੋਂ। ਇਸ ਵਿਅਕਤੀ ਕੋਲੋਂ 1 ਕਿਲੋ ਹੈਰੋਇਨ ਔਰ 100 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਇਹ ਬਰਾਮਦ ਕੀਤੀ ਹੈ। ਔਰ ਇਸ ਵਿਅਕਤੀ ਦੇ ਉੱਪਰ ਪਹਿਲਾਂ 5 FIRs ਆਲਰੇਡੀ NDPS 'ਤੇ ਰਜਿਸਟਰਡ ਹੈ, 2 ਦੇ ਵਿੱਚੋਂ ਇਹ ਕਨਵਿਕਟਡ ਹੈ ਔਰ 1 ਦੇ ਵਿੱਚ ਬੇਲ ਕਰਵਾ ਕੇ ਬਾਹਰ ਆਇਆ ਸੀਗਾ 8 ਮਹੀਨੇ ਪਹਿਲਾਂ। ਔਰ ਇਹ 7-8 ਸਾਲ ਤੋਂ ਇਸੇ ਧੰਦੇ 'ਚ ਲੱਗਾ ਹੋਇਆ ਸੀ ਔਰ ਲਾਜਪੇ 'ਤੇ ਕੰਮ ਕਰਦਾ ਸੀਗਾ। ਅਸੀਂ ਇਹਨੂੰ ਏ ਕੈਟਾਗਰੀ ਪੈਡਲਰ ਅਸੀਂ ਕਹਾਂਗੇ ਇਹਨੂੰ, ਔਰ ਇਹਦਾ ਕਾਫੀ ਵੱਡਾ ਕਸਟਮਰ ਬੇਸ ਹੈ। ਇਸ ਵਿਅਕਤੀ ਦੇ ਫੜੇ ਜਾਣ ਦੇ ਨਾਲ ਇਸ ਏਰੀਆ ਦੇ ਵਿੱਚ ਜਿਹੜਾ ਨੈਟਵਰਕ ਹੈ ਉਹਨੂੰ ਬ੍ਰੇਕ ਕਰਨ ਦੇ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋਈ। ਇਹ ਸਾਰਾ ਕੰਮ ਜਿਹੜਾ ਹੈ SCF ਲੁਧਿਆਣਾ ਰੇਂਜ ਦੀ ਟੀਮ ਨੇ DSP ਪਵਨਜੀਤ ਔਰ ਇੰਸਪੈਕਟਰ ਹਰਬੰਸ ਸਿੰਘ ਹਰਾਂ ਦੀ ਅਗਵਾਈ ਦੇ ਵਿੱਚ ਕੀਤਾ। ਇਹ ਪ੍ਰੀਲਿਮਨਰੀ ਪੁੱਛਗਿੱਛ ਦੇ ਵਿੱਚ ਗੱਲ ਆਈ ਹੈ ਕਿ ਦਿੱਲੀ ਤੋਂ ਲੈ ਕੇ ਆਉਂਦਾ, ਪਰ ਸਾਨੂੰ ਲੱਗਦਾ ਕਿ ਵੀ ਹੋਰ ਵੀ ਸੋਰਸਿਸ ਤੋਂ ਇਹ ਸਮਾਨ ਨੂੰ ਪ੍ਰੋਕਿਓਰ ਕਰਦਾ। ਪਹਿਲਾਂ 5 FIR ਰਜਿਸਟਰਡ ਹੈ ਜੀ ਇਹਦੇ 'ਤੇ, 2 ਦੇ ਵਿੱਚ ਕਨਵਿਕਟਡ ਹੈ ਜੀ। ਹਾਂਜੀ ਹਾਂ ਬਿਲਕੁਲ ਜੀ, ਇਹਦੀ ਪ੍ਰੋਪਰਟੀ ਆਈਡੈਂਟੀਫਾਈ ਕਰਾਂਗੇ, ਜਿਹੜੀ ਪ੍ਰੋਪਰਟੀ ਇਹਨੇ ਇਸ ਇਲੀਗਲ ਧੰਦੇ 'ਚ ਬਣਾਈ ਹੋਏਗੀ ਅਸੀਂ ਉਹਨੂੰ ਅਟੈਚ ਕਰਾਂਗੇ। ਇਸ ਤੋਂ ਇਲਾਵਾ ਹੋਰ ਤਾਂ ਕੋਈ ਕੰਮ ਇਹਦੇ ਸਾਹਮਣੇ ਆਇਆ ਨਹੀਂ, ਪਰ ਇਹ ਖੁਦ ਅਡਿਕਟ ਹੈ, ਇਹ ਨਾਲ ਪੀਂਦਾ ਵੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗੱਲ ਕਰਨਾ ਚਾਹੁੰਦਾ 2 ਨੰਬਰ PS ਪੁਲਿਸ ਸਟੇਸ਼ਨ ਮੋਹਾਲੀ ਦੇ ਵਿੱਚ, ਜਿਹਦੇ ਵਿੱਚ ਅਸੀਂ ਇੱਕ ਵਿਅਕਤੀ ਰਵਿੰਦਰ ਸਿੰਘ ਏਲੀਅਸ ਨਿੱਕਾ ਨੂੰ ਗ੍ਰਿਫਤਾਰ ਕੀਤਾ ਸ਼ਿਮਲਾਪੁਰੀ ਲੁਧਿਆਣਾ ਦੇ ਏਰੀਏ 'ਚੋਂ। ਇਸ ਵਿਅਕਤੀ ਕੋਲੋਂ 1 ਕਿਲੋ ਹੈਰੋਇਨ ਔਰ 100 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਇਹ ਬਰਾਮਦ ਕੀਤੀ ਹੈ। ਔਰ ਇਸ ਵਿਅਕਤੀ ਦੇ ਉੱਪਰ ਪਹਿਲਾਂ 5 FIRs ਆਲਰੇਡੀ NDPS 'ਤੇ ਰਜਿਸਟਰਡ ਹੈ, 2 ਦੇ ਵਿੱਚੋਂ ਇਹ ਕਨਵਿਕਟਡ ਹੈ ਔਰ 1 ਦੇ ਵਿੱਚ ਬੇਲ ਕਰਵਾ ਕੇ ਬਾਹਰ ਆਇਆ ਸੀਗਾ 8 ਮਹੀਨੇ ਪਹਿਲਾਂ। ਔਰ ਇਹ 7-8 ਸਾਲ ਤੋਂ ਇਸੇ ਧੰਦੇ 'ਚ ਲੱਗਾ ਹੋਇਆ ਸੀ ਔਰ ਲਾਜਪੇ 'ਤੇ ਕੰਮ ਕਰਦਾ ਸੀਗਾ। ਅਸੀਂ ਇਹਨੂੰ ਏ ਕੈਟਾਗਰੀ ਪੈਡਲਰ ਅਸੀਂ ਕਹਾਂਗੇ ਇਹਨੂੰ, ਔਰ ਇਹਦਾ ਕਾਫੀ ਵੱਡਾ ਕਸਟਮਰ ਬੇਸ ਹੈ। ਇਸ ਵਿਅਕਤੀ ਦੇ ਫੜੇ ਜਾਣ ਦੇ ਨਾਲ ਇਸ ਏਰੀਆ ਦੇ ਵਿੱਚ ਜਿਹੜਾ ਨੈਟਵਰਕ ਹੈ ਉਹਨੂੰ ਬ੍ਰੇਕ ਕਰਨ ਦੇ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋਈ। ਇਹ ਸਾਰਾ ਕੰਮ ਜਿਹੜਾ ਹੈ SCF ਲੁਧਿਆਣਾ ਰੇਂਜ ਦੀ ਟੀਮ ਨੇ DSP ਪਵਨਜੀਤ ਔਰ ਇੰਸਪੈਕਟਰ ਹਰਬੰਸ ਸਿੰਘ ਹਰਾਂ ਦੀ ਅਗਵਾਈ ਦੇ ਵਿੱਚ ਕੀਤਾ। ਇਹ ਪ੍ਰੀਲਿਮਨਰੀ ਪੁੱਛਗਿੱਛ ਦੇ ਵਿੱਚ ਗੱਲ ਆਈ ਹੈ ਕਿ ਦਿੱਲੀ ਤੋਂ ਲੈ ਕੇ ਆਉਂਦਾ, ਪਰ ਸਾਨੂੰ ਲੱਗਦਾ ਕਿ ਵੀ ਹੋਰ ਵੀ ਸੋਰਸਿਸ ਤੋਂ ਇਹ ਸਮਾਨ ਨੂੰ ਪ੍ਰੋਕਿਓਰ ਕਰਦਾ। ਪਹਿਲਾਂ 5 FIR ਰਜਿਸਟਰਡ ਹੈ ਜੀ ਇਹਦੇ 'ਤੇ, 2 ਦੇ ਵਿੱਚ ਕਨਵਿਕਟਡ ਹੈ ਜੀ ਇਹਦੇ 'ਤੇ, 2 ਦੇ ਵਿੱਚ ਕਨਵਿਕਟਡ ਹੈ ਜੀ। ਹਾਂਜੀ ਹਾਂ ਬਿਲਕੁਲ ਜੀ, ਇਹਦੀ ਪ੍ਰੋਪਰਟੀ ਆਈਡੈਂਟੀਫਾਈ ਕਰਾਂਗੇ, ਜਿਹੜੀ ਪ੍ਰੋਪਰਟੀ ਇਹਨੇ ਇਸ ਇਲੀਗਲ ਧੰਦੇ 'ਚ ਬਣਾਈ ਹੋਏਗੀ ਅਸੀਂ ਉਹਨੂੰ ਅਟੈਚ ਕਰਾਂਗੇ। ਇਸ ਤੋਂ ਇਲਾਵਾ ਹੋਰ ਤਾਂ ਕੋਈ ਕੰਮ ਇਹਦੇ ਸਾਹਮਣੇ ਆਇਆ ਨਹੀਂ, ਪਰ ਇਹ ਖੁਦ ਅਡਿਕਟ ਹੈ, ਇਹ ਨਾਲ ਪੀਂਦਾ ਵੀ ਹੈ।